ਘੋੜਾ ਪਾਲਕੀ ਜੈ ਕਨਈਆ ਲਾਲ ਕੇ ਜਨਮਅਸ਼ਟਮੀ ਨੂੰ ਲੈ ਕੇ ਜਿੱਥੇ ਮੰਦਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ, ਉੱਥੇ ਫੁੱਲਾਂ ਦੇ ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਵੀ ਉਸਨੂੰ ਸਜਾਇਆ ਗਿਆ ਹੈ। ਭਗਤਾਂ ਦੇ ਵਿੱਚ ਕ੍ਰਿਸ਼ਨ ਜਨਮਅਸ਼ਟਮੀ ਦਾ ਉਤਸ਼ਾਹ ਜੁੜਾ ਹੈ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਸ਼ਿਵ ਮੰਦਿਰ ਅਜਨਾਲਾ ਦੇ ਵਿੱਚ ਵੀ ਜੁੜਾ ਹੈ ਜਨਮਅਸ਼ਟਮੀ ਦੇ ਮੌਕੇ ਤੇ ਭਗਤਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਨੂੰ ਲੈ ਕੇ ਲਗਾਤਾਰ ਮੰਦਰਾਂ 'ਚ ਰੌਣਕਾਂ ਲੱਗੀਆਂ ਨੇ ਅਤੇ ਮੰਦਰਾਂ 'ਚ ਜਸ ਗਾਏ ਜਾ ਰਹੇ ਨੇ। ਕਿਤਨਾ ਕਿਤੇ ਅੱਜ ਜਿੱਥੇ ਅੱਜ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਉਤਸਵ ਆ, ਉਸ ਨੂੰ ਬੜੇ ਉਤਸ਼ਾਹਿਤ ਹੋ ਕੇ ਮਨਾਇਆ ਜਾ ਰਿਹਾ। ਅਸੀਂ ਇਸ ਵੇਲੇ ਅਜਨਾਲਾ ਦੇ ਸ਼ਿਵ ਮੰਦਿਰ ਵਿੱਚ ਮੌਜੂਦ ਆ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਲੱਡੂ ਗੋਪਾਲ ਜੀ ਨੂੰ ਜਿਸ ਤਰੀਕੇ ਨਾਲ ਕ੍ਰਿਸ਼ਨ ਭਗਵਾਨ ਜੀ ਨੂੰ ਅੱਜ ਝੂਲੇ 'ਚ ਲਾਇਆ ਜਾ ਰਿਹਾ ਤੇ ਵੱਖ ਵੱਖ ਮਹਿਲਾਵਾਂ ਵੱਲੋਂ ਸੰਗਤਾਂ ਵੱਲੋਂ ਜਿਹੜਾ ਝੂਲੇ 'ਚ ਲਾ ਕੇ ਜਿਹੜਾ ਅੱਜ ਉਹ ਖੁਸ਼ੀ ਪ੍ਰਾਪਤ ਕੀਤੀ ਜਾ ਰਹੀ ਹੈ। ਸਾਡੇ ਨਾਲ ਮੰਦਿਰ ਕਮੇਟੀ ਦੇ ਪ੍ਰਧਾਨ ਸਾਹਿਬ ਮੌਜੂਦ ਨੇ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਬੋਲੇ ਸ਼ੰਕਰ ਭਗਵਾਨ ਕੀ, ਬੋਲ ਕ੍ਰਿਸ਼ਨ ਬਲਦੇਵ ਕੀ। ਯਦਾ ਯਦਾ ਹੀ ਧਰਮਸਯ ਗਿਲਾਨੀ ਰਿਭਾਵਤੀ ਭਾਰਤੇ ਅਭੀ ਉਥਾਨਮ ਧਰਮਸਯ ਤਦਾਤਮਾਨਮ ਸਰਜਾਮਿਹਮ ਪਰਿਤ੍ਰਾਣਾਯ ਚ ਸਾਧੂਨਾਮ ਵਿਨਾਸ਼ਾਯ ਚ ਦੁਸ਼ਕਰਮ ਧਰਮ ਸੰਸਥਾਪਨਾਰਥਮ ਸੰਭਵਾਮੀ ਯੁਗੇ ਯੁਗੇ ਹਰ ਜੁਗ ਜੁਗ ਭਗਤ ਉਪਾਇੰਦਾ ਪੈਜ ਰੱਖਦਾ ਆਇਆ ਰਾਮ ਰਾਜੇ ਦੇ ਕਥਨ ਅਨੁਸਾਰ ਸ਼੍ਰੀਮਦ ਭਾਗਵਤ ਗੀਤਾ ਵਿੱਚ ਕੀਤੇ ਹੋਏ ਵਾਅਦੇ ਅਨੁਸਾਰ ਅੱਜ ਉਹ ਸਰਵ ਕਲਾ ਸੰਪੂਰਨ ਭਗਵਾਨ ਕ੍ਰਿਸ਼ਨ ਆਪਣੇ ਸ਼ੇਸ਼ ਸ਼ਈਆ ਨੂੰ ਛੱਡਦੇ ਹੋਏ ਮਾਤ ਲੋਕ ਵਿੱਚ ਅਵਤਰਿਤ ਹੋ ਰਹੇ ਨੇ। ਵਿਪਰ ਦੇਹ ਨੂੰ ਸੁਰ ਸੰਤ ਹਿਤ ਲੀਨ ਮਨੁਜ ਅਵਤਾਰ ਨਿਜ ਇੱਛਾ ਨਿਰਮਤ ਤਨੂ ਮਾਇਆ ਗੁਣ ਗੋਪਾਰ ਸੰਗਤਾਂ ਦੇ ਪਲੇ ਲਈ ਦੁਸ਼ਟਾਂ ਦੇ ਸੰਘਾਰ ਲਈ ਸੰਤਾਂ ਦੇ ਰਕਸ਼ਾ ਦੇ ਵਾਸਤੇ ਅੱਜ ਉਹ ਸਰਵ ਕਲਾ ਸੰਪੂਰਨ ਭਗਵਾਨ ਕ੍ਰਿਸ਼ਨ ਛੇ ਸ਼ਈਆ ਨੂੰ ਛੱਡਦੇ ਹੋਏ ਮ੍ਰਿਤੂ ਲੋਕ ਵਿੱਚ ਅੱਜ ਅਵਤਰਿਤ ਹੋ ਰਹੇ ਨੇ। ਇਸ ਪਵਿੱਤਰ ਦਿਹਾੜੇ ਉੱਤੇ ਮੈਂ ਸਮੂਹ ਅਜਨਾਲਾ ਨਿਵਾਸੀਆਂ ਨੂੰ, ਸਮੂਹ ਸੰਗਤ ਨੂੰ, ਸਮੂਹ ਭਾਰਤ ਵਾਸੀਆਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ। ਸਾਡੇ ਨਾਲ ਸੰਗਤਾਂ ਵੀ ਮੌਜੂਦ ਨੇ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ? ਇੱਥੇ ਪਹੁੰਚੇ ਹੋ, ਅੱਜ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਅਸ਼ਟਮੀ ਉਸ ਤੋਂ ਮਨਾਇਆ ਜਾ ਰਿਹਾ। ਹਾਂਜੀ, ਬਹੁਤ ਖੁਸ਼ੀ ਦਾ ਮੌਕਾ ਹੈ, ਬਹੁਤ ਵਧੀਆ ਟਾਈਮ ਹੈ, ਸਾਰੇ ਰਲ ਮਿਲ ਕੇ ਖੂਬ ਇੰਜੋਏ ਕਰਦੇ ਪਏ ਨੇ। ਕਿੰਨਾ ਕੁ ਉਤਸ਼ਾਹ ਹੁੰਦਾ ਇਸ ਦਿਨ ਦਾ, ਕਿਉਂਕਿ ਜਿਸ ਤਰੀਕੇ ਨਾਲ ਤਿਉਹਾਰ ਤਾਂ ਸਰਾਰੇ ਮਨਾਏ ਜਾਂਦੇ ਨੇ, ਸਾਰੇ ਦੇਵੀ ਦੇਵਤਿਆਂ ਦੇ ਜਿਹੜੇ ਜਨਮ ਉਤਸਵ ਮਨਾਏ ਜਾਂਦੇ ਨੇ, ਪਰ ਕ੍ਰਿਸ਼ਨ ਭਗਵਾਨ ਜੀ ਦਾ ਜਦੋਂ ਜਨਮ ਹੁੰਦਾ ਵੱਖਰਾ ਹੀ ਚਾਅ ਹੁੰਦਾ ਹੈ। ਹਾਂ, ਉਹ ਸਾਰਿਆਂ ਦੇ ਵਿੱਚ ਬਿਲਕੁਲ ਅਲੱਗ ਹੀ ਉਤਸ਼ਾਹ ਹੁੰਦਾ ਹੈ, ਬੜੀ ਉਮੰਗ ਹੁੰਦੀ ਹੈ ਸਾਰਿਆਂ 'ਚ, ਬਹੁਤ ਖੁਸ਼ੀ ਹੁੰਦੀ ਹੈ, ਸਾਰੇ ਰਲ ਮਿਲ ਕੇ ਬਹੁਤ ਖੁਸ਼ ਹੋ ਕੇ ਮਨਾਉਂਦੇ ਹੈ, ਸਾਰੇ ਇੰਜੋਏ ਕਰਦੇ ਹੈ। ਠੀਕ ਹੈ, ਅੱਜ ਤੁਸੀਂ ਬਾਤੀ ਸੇਵਾ ਕਰਦੇ ਹੋ ਭਗਵਾਨ ਦੀ, ਤੁਸੀਂ ਝੂਲਾ ਵੀ ਚਲਾ ਰਹੇ ਸੀ, ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਇਹਨਾਂ ਦੀ ਸੇਵਾ ਕਰਨ 'ਚ ਬਹੁਤ ਮਜ਼ਾ ਆਉਂਦਾ, ਮੈਨੂੰ ਵਧੀਆ ਲੱਗਦਾ ਹੈ, ਤੇ ਬਸ ਅੱਜ ਸਾਰਿਆਂ ਨੇ ਇਸ ਤਿਉਹਾਰ ਤੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਇੰਜੋਏ ਕਰਨਾ ਵਾ, ਇਸ ਦਿਨ ਦੀ ਸਭ ਨੂੰ ਉਡੀਕ ਰਹਿੰਦੀ ਆ। ਠੀਕ ਹੈ ਜੀ, ਸਾਡਾ ਪੰਡਿਤ ਜੀ ਮੌਜੂਦ ਨੇ। ਪੰਡਿਤ ਜੀ, ਕੀ ਕਹਿਣਾ ਚਾਹੁੰਦੇ ਹੋ? ਅੱਜ ਉਤਸ਼ਾਹ ਮਨਾਇਆ ਜਾ ਰਿਹਾ ਹੈ, ਜਨਮ ਅਸ਼ਟਮੀ ਜਿਹੜੀ ਆ ਬੜੇ ਉਤਸ਼ਾਹਿਤ ਹੋ ਕੇ ਮਨਾਈ ਜਾ ਰਹੀ ਹੈ। ਦੇਖੋ ਜੀ, ਜਨਮ ਅਸ਼ਟਮੀ ਇੱਕ ਇਹੋ ਜਿਹਾ ਤਿਉਹਾਰ ਆ ਕਿ ਹਰ ਸਾਲ ਇਹਦਾ ਇੰਤਜ਼ਾਰ ਰਹਿੰਦਾ ਆ। ਹਰ ਤਿਉਹਾਰ ਜਿਹੜਾ ਭਗਵਾਨ ਦਾ ਮਨਾਇਆ ਜਾਂਦਾ ਆ, ਜਿਵੇਂ ਸ਼ਿਵਰਾਤਰੀ ਆ, ਸ਼ਿਵਰਾਤਰੀ ਭਗਵਾਨ ਦਾ ਵਿਵਾਹ ਦਿਖਾਇਆ ਜਾਂਦਾ ਆ ਭੋਲੇ ਸ਼ੰਕਰ ਦਾ, ਲੇਕਿਨ ਕ੍ਰਿਸ਼ਨ ਜਨਮ ਉਤਸਵ ਉਹਦਾ ਕੁਝ ਵੱਖਰਾ ਹੀ ਚਾਅ ਹੁੰਦਾ ਸਾਰਿਆਂ ਨੂੰ, ਕਿਉਂਕਿ ਇਹ ਬਾਲਪਨ 'ਚ ਕਈ ਲੀਲਾ ਮੇਰੇ ਪ੍ਰਭੂ ਨੇ ਕੀਤੀਆਂ ਆ ਅਤੇ ਉਹ ਲੀਲਾ ਦਾ ਜਿਹੜਾ ਆ ਸਾਰੇ ਆਨੰਦ ਲੈਂਦੇ ਆ, ਅਤੇ ਜਿਹਦੇ ਘਰ ਵੀ ਔਲਾਦ ਦੀ ਕਮੀ ਹੁੰਦੀ ਆ, ਅੱਜ ਦੇ ਦਿਨ ਉਹ ਵਰਤ ਰੱਖੇ ਜਾਂ ਮੰਦਿਰ 'ਚ ਦਰਸ਼ਨ ਕਰੇ ਗੋਪਾਲ ਜੀ ਦੇ, ਲੱਡੂ ਗੋਪਾਲ ਜੀ ਨੂੰ ਝੂਲਾ ਦੇਵੇ, ਅਤੇ ਉਹ ਕਮੀ ਵੀ ਮੇਰੇ ਲੱਡੂ ਗੋਪਾਲ ਜੀ ਪੂਰੀ ਕਰਦੇ ਆ,
ਉਹਨਾਂ ਘਰ ਵੀ ਜਿਹੜੇ ਆ ਗੋਪਾਲ ਜੀ ਜ਼ਰੂਰ ਆਉਂਦੇ ਆ। ਠੀਕ ਹੈ, ਹੋਰ ਵੀ ਸੰਗਤਾਂ ਸਾਡੇ ਨਾਲ ਮੌਜੂਦ ਨੇ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ, ਅੱਜ ਉਤਸਵ ਮਨਾਇਆ ਜਾ ਰਿਹਾ, ਤੁਸੀਂ ਵੀ ਇੱਥੇ ਸਤਸੰਗ ਕਰਦੇ ਨਜ਼ਰ ਆ ਰਹੇ ਸੀਗੇ? ਜੀ ਬਿਲਕੁਲ ਜੀ, ਅੱਜ ਸਾਰਿਆਂ ਨੂੰ ਬੜੀ ਖੁਸ਼ੀ ਹੈ ਅੱਜ ਦੇ ਤਿਉਹਾਰ ਦੀ। ਇੱਕ ਸਾਲ ਬਾਅਦ ਇਹ ਤਿਉਹਾਰ ਆਉਂਦਾ ਤੇ ਸਾਰਿਆਂ ਨੂੰ ਪਿਛਲੇ ਸਾਲ ਤੋਂ ਹੀ ਉਡੀਕ ਹੁੰਦੀ ਹੈ ਕਿ ਕਦੋਂ ਫਿਰ ਜਨਮ ਅਸ਼ਟਮੀ ਆਵੇ, ਏਦਾਂ ਹੀ ਅਸੀਂ ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਦੇ ਰੰਗ ਵਿੱਚ ਏਦਾਂ ਹੀ ਰੰਗੇ ਜਾਈਏ। ਛੋਟੇ ਛੋਟੇ ਬੱਚਿਆਂ ਤੱਕ ਨੂੰ ਚਾਅ ਹੁੰਦਾ ਜੀ, ਸਾਰਿਆਂ ਨੇ, ਕਿਸੇ ਨੇ ਕ੍ਰਿਸ਼ਨਾ ਬਣਨਾ ਹੈ, ਕਿਸੇ ਨੇ ਰਾਧਾ ਬਣਨਾ ਹੈ, ਮਾਂ ਪਿਓ ਨੂੰ ਵੀ ਓਨਾ ਹੀ ਚਾਅ ਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਲੈ ਕੇ ਜਾਈਏ ਮੰਦਿਰ, ਮੰਦਿਰ ਤੋਂ ਫਿਰ ਟੋਇਜ਼ ਮਿਲਦੇ ਆ, ਬੱਚੇ ਹੋਰ ਖੁਸ਼ ਹੁੰਦੇ ਆ। ਇਸ ਕਰਕੇ ਸਾਰਿਆਂ ਨੂੰ ਇਹ ਚਾਅ ਹੈ ਅੱਜ ਦੇ ਦਿਨ ਦਾ, ਤੇ ਅਸੀਂ ਵੀ ਸ਼ਿਵ ਮੰਦਿਰ ਅਜਨਾਲਾ ਵੱਲੋਂ ਸਮੂਹ ਜਗਤ ਨੂੰ ਇਸ ਪਾਵਨ ਪਵਿੱਤਰ ਦਿਨ ਦੀ ਵਧਾਈ ਦਿੰਦੇ ਹਾਂ ਜੀ। ਠੀਕ ਹੈ, ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ? ਅੱਜ ਲਗਾਤਾਰ ਤੁਸੀਂ ਵੀ ਇੱਥੇ ਇਕੱਠੇ ਹੋਏ ਸੰਗਤਾਂ ਦੇ ਵਿੱਚ ਪਹੁੰਚੇ ਹੋ, ਕਿੰਨਾ ਕੁ ਉਤਸ਼ਾਹ ਹੈ ਜੀ? ਬਹੁਤ ਜ਼ਿਆਦਾ ਉਤਸ਼ਾਹ ਜੀ, ਬਹੁਤ ਜ਼ਿਆਦਾ ਉਤਸ਼ਾਹ। ਸਮੂਹ ਅਜਨਾਲਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਬਹੁਤ ਬਹੁਤ ਵਧਾਈ। ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇੱਥੇ ਸਤਸੰਗ ਕੀਤਾ ਜਾ ਰਿਹਾ, ਜਿੱਥੇ ਜਨਮ ਅਸ਼ਟਮੀ ਦਾ ਤਿਉਹਾਰ ਜਿਹੜਾ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਉਸ ਤਰੀਕੇ ਨਾਲ ਹੀ ਅਜਨਾਲਾ ਦੇ ਵਿੱਚ ਵੀ ਸ਼ਿਵ ਮੰਦਿਰ ਵਿੱਚ ਮਨਾਇਆ ਜਾ ਰਿਹਾ, ਜਿੱਥੇ ਸੰਗਤਾਂ ਹੋਮਾ ਹੋਮਾ ਅੱਗੇ ਪਹੁੰਚ ਰਹੀਆਂ ਨੇ ਤੇ ਜਿੱਥੇ ਆਸ਼ੀਰਵਾਦ ਲੈ ਰਹੀਆਂ ਨੇ ਕ੍ਰਿਸ਼ਨ ਭਗਵਾਨ ਜੀ ਦਾ, ਉੱਥੇ ਨਾਲ ਨਾਲ ਕ੍ਰਿਸ਼ਨ ਭਗਵਾਨ ਜੀ ਨੂੰ ਚੂਲਾ ਚਲਾਇਆ ਜਾ ਰਿਹਾ, ਨਾਲ ਨਾਲ 56 ਭਗਤ ਪਰਿਵਾਰ ਦੇ ਭੋਜਨਾਂ ਦਾ ਜਿਹੜਾ ਵਾ ਉਹ ਵੀ ਭੋਗ ਲਗਾਇਆ ਜਾਣਾ ਵਾ। ਉਸੇ ਤਰੀਕੇ ਨਾਲ ਸੰਗਤਾਂ ਵੱਡੇ ਪੱਧਰ ਤੇ ਪਹੁੰਚ ਰਹੀਆਂ ਨੇ ਅਤੇ ਨਤਮਸਤਕ ਹੋ ਕੇ ਪ੍ਰਭੂ ਦੀਆਂ ਖੁਸ਼ੀਆਂ ਲੈ